ਸਤਿ ਸ਼੍ਰੀ ਅਕਾਲ ਜੀ, ਮੈਂ ਹਰਜਸੀ ਕੌਰ, ਤੁਸੀਂ ਦੇਖ ਰਹੇ ਹੋ ਸਾਡੇ ਵਾਲਾ ਟੀਵੀ। ਅੱਜ ਤੋਂ ਨਿਊਜ਼ੀਲੈਂਡ ਭਰ ਦੇ ਸਕੂਲਾਂ ਦੇ ਵਿੱਚ ਮੋਬਾਈਲ ਫੋਨ ਬੈਨ ਕਰ ਦਿੱਤੇ ਗਏ ਨੇ। ਜੀ ਹਾਂ, ਅੱਜ ਸੋਮਵਾਰ ਤੋਂ ਦੂਜੀ ਟਰਮ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਇਸੇ ਦੇ ਨਾਲ ਸ਼ੁਰੂਆਤ ਹੋ ਰਹੀ ਹੈ ਸਰਕਾਰ ਦੇ ਨਵੇਂ ਬਣਾਏ ਰੂਲ ਦੀ, ਜਿਸ ਦੇ ਵਿੱਚ ਸਕੂਲਾਂ ਦੇ ਵਿੱਚ ਮੋਬਾਈਲ ਫੋਨ ਲਿਆਉਣੇ ਬੈਨ ਕਰ ਦਿੱਤੇ ਗਏ ਨੇ। ਉਧਰ ਇਸ ਦੇ ਨਾਲ ਜਿੱਥੇ ਵਿਦਿਆਰਥੀ ਨਾ ਖੁਸ਼ ਨਜ਼ਰ ਆ ਰਹੇ ਨੇ, ਉੱਥੇ ਹੀ ਸਕੂਲ ਪ੍ਰਸ਼ਾਸਨ ਵਾਲੇ ਕੋਸ਼ਿਸ਼ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਹਨਾਂ ਵਿਦਿਆਰਥੀਆਂ ਨੂੰ ਰੋਕਿਆ ਜਾਵੇ ਮੋਬਾਈਲ ਫੋਨ ਸਕੂਲਾਂ ਦੇ ਵਿੱਚ ਲਿਆਉਣ ਤੋਂ। ਵੈਲਿੰਗਟਨ ਦੇ ਸੈਕੰਡਰੀ ਸਕੂਲ ਦੇ ਇੱਕ ਵਿਦਿਆਰਥੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਮੁਤਾਬਿਕ ਇਸ ਫੈਸਲੇ ਦੇ ਨਾਲ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਸਕੂਲਾਂ ਦੇ ਵਿੱਚ ਮੋਬਾਈਲ ਫੋਨ ਲਿਆਉਣ ਦੇ ਉਹ ਹੋਰ ਤਰੀਕੇ ਲੱਭਣਗੇ, ਜਾਣੀ ਕਿ ਉਹ ਚੋਰੀ ਚੋਰੀ ਸਕੂਲਾਂ ਦੇ ਵਿੱਚ ਇਹ ਡਿਵਾਈਸ ਲੈ ਕੇ ਆਉਣਗੇ। ਪਰ ਹੁਣ ਆਉਂਦੇ ਕੁਝ ਦਿਨਾਂ ਦੇ ਵਿੱਚ ਦੇਖਣ ਵਾਲਾ ਹੋਏਗਾ ਕਿ ਇਸ ਫੈਸਲੇ ਦੇ ਨਾਲ ਕੀ ਕੁਛ ਚੰਗਾ ਅਸਰ ਵਿਦਿਆਰਥੀਆਂ 'ਤੇ ਪਿਆ ਹੈ ਜਾਂ ਫਿਰ ਇਸ 'ਤੇ ਮਾੜੇ ਅਸਰ ਦੇਖਣ ਨੂੰ ਮਿਲਣਗੇ।